ਕਿਉਂ ਭਾਜੀ ਸਾਨੂੰ ਹੀ ਸਾਡੀ ਸਾਨੂੰ ਇੱਕ ਦਿਨ ਤੱਕ ਠੀਕ ਹੈ ਫਿਰ ਸਾਡੇ ਸਮਾਨ ਦੇ ਵਿੱਚ ਤੁਹਾਨੂੰ ਭੇਜਿਆ ਇਸ ਕਰਕੇ ਸਾਨੂੰ ਹਾਂਜੀ ਕਮਲਜੀਤ ਸਿੰਘ ਜੀ ਮੇਰਾ ਨਾਂ ਹੈ ਕੋਈ ਸਿੰਘ ਸਭ ਤੋਂ ਪਹਿਲਾਂ ਤੇ ਕਿੰਨੇ ਦਿਨ ਦਾ ਵਾਕਿਆ ਹੋ ਗਿਆ ਤੇ ਘਟਨਾ ਕੀ ਵਾਪਰੀ ਸੀ ਕਿਉਂਕਿ ਉੱਥੋਂ ਦੀ ਹਿਮਾਚਲ ਪੁਲਿਸ ਦੇ ਵੱਲੋਂ ਟਵੀਟ ਕਰਕੇ ਕਹਿ ਦਿੱਤਾ ਗਿਆ ਕਿ ਇੱਥੇ ਕੁਛ ਵੀ ਨਹੀਂ ਹੋਇਆ ਸੀ ਕੁੱਟਮਾਰ ਹੋਈ ਵੀ ਹੋਈ ਜੀ ਹੁੰਦੀ ਤਾਂ ਪੁਲਿਸ ਕੰਪਲੇਂਟ ਕਰਕੇ ਇੱਥੇ ਜਾਂਦੇ ਸਰ ਪੁਲਿਸ ਰਿਪੋਰਟ ਨਾ ਕਰਨ ਦੀ ਵਜ੍ਹਾ ਪਹਿਲਾਂ ਕੀ ਇੱਕ ਡਰ ਤੇ ਦੂਜੀ ਗੱਲ ਇਹ ਕਿ ਅਸੀਂ ਜੇ ਉਹ ਕਹਿੰਦੇ ਨਾ ਸ਼ਰਾਬ ਪੀਤੀ ਜਾਂ ਇਹ ਨਸ਼ੇ ਕਰਦੇ ਆ ਤੁਸੀਂ ਸਾਡੇ ਇਲਾਕੇ 'ਚ ਆ ਸਕਦੇ ਹੋ ਜਾਂ ਮੇਰੇ ਜੋ ਤੁਹਾਡੇ ਇੱਥੇ ਡੋਪ ਟੈਸਟ ਵਗੈਰਾ ਹੁੰਦੇ ਆ ਜੇ ਮੈਂ ਜ਼ਿੰਦਗੀ 'ਚ ਕਦੇ ਕੋਈ ਛੋਟਾ ਨਸ਼ਾ ਵੀ ਕੀਤਾ ਹੋਵੇ ਨਾ ਤੇ ਅਸੀਂ ਇਸ ਚੀਜ਼ ਦਾ ਹਰਜਾਨਾ ਭਰ ਲਈ ਤਿਆਰ ਹੈ ਸ਼ਰਾਬ ਦੀ ਤਾਂ ਬਿਲਕੁਲ ਹੀ ਦੂਰ ਦੀ ਗੱਲ ਹੈ ਅਤੇ ਫੋਰਨ ਰਹਿਣ ਦੇ ਬਾਵਜੂਦ ਵੀ ਅਸੀਂ ਪੂਰੀ ਸਿੰਪਲ ਲਾਈਫ ਜਿਉਂਦੇ ਆਏ ਹਾਂ ਅਤੇ ਜਿਹੜੇ ਸਰ ਨੇ ਟਵੀਟ ਕੀਤਾ ਆ ਉਹਨਾਂ ਨੇ ਹੋ ਸਕਦਾ ਉਹਨਾਂ ਬੰਦਿਆਂ ਦੇ ਬਿਆਨ ਲੈ ਕੇ ਟਵੀਟ ਕਰ ਦਿੱਤਾ ਹੋਵੇ ਅਤੇ ਸਾਡੇ ਨਾਲ ਗੱਲ ਕਰ ਲੈਂਦੇ ਸਾਡੇ ਕੋਲ ਵੀ ਪੁੱਛ ਲੈਂਦੇ ਕਿ ਭਾਈ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਜਾਂ ਤੁਹਾਡੇ ਨਾਲ ਕੀ ਵਾਪਰਿਆ ਠੀਕ ਹੈ ਨਾ ਉਹ ਜੇ ਅਸੀਂ ਕੋਈ ਗਲਤ ਗੱਲ ਕੀਤੀ ਉੱਥੇ ਤਾਂ ਕੋਈ ਕੌਮਾਂ ਦੇ ਵਿੱਚ ਨਹੀਂ ਨਾ ਹੈਗਾ ਅਸੀਂ ਤਾਂ ਨਹੀਂ ਨਾ ਕਿਸੇ ਦੇ ਸਿਰ 'ਚ ਰਾੜ ਮਾਰੀ ਜਾਂ ਕਿਸੇ ਦੇ ਕੋਈ ਕਿਸੇ ਨੂੰ ਮਾਰ ਕੇ ਸੁੱਟ ਆਏ ਜਾਂ ਅਸੀਂ ਕਿਸੇ ਨੂੰ ਮਾਰ ਕੇ ਭੱਜ ਆਏ ਹਾਂ ਮਾਰਿਆ ਦੋਨਾਂ ਨੇ ਸਾਨੂੰ ਬਿਲਕੁਲ ਜੀ ਗੱਲ ਸਿਰਫ ਇੱਕ ਉੱਥੇ ਜਿਹੜਾ ਉਹਨਾਂ ਦੇ ਗੈਂਗ ਬਣੇ ਨੇ ਉਹ ਇਹ ਗੱਲ ਕਹਿੰਦੇ ਸੀ ਮੇਰੇ ਬ੍ਰਦਰ ਨੂੰ ਕਿ ਤੇਰੇ ਚਪੇੜ ਮਾਰਾਂਗੇ ਤੇ ਉਹਨੂੰ ਇਹ ਪੁੱਛਿਆ ਕਿ ਯਾਰ ਤੂੰ ਇਹ ਮਿਸ ਮਤਲਬ ਵਰਡ ਕਿਉਂ ਯੂਜ ਕਰ ਰਿਹਾ ਤੇ ਉਹਨੇ ਦੂਜੀ ਗੱਲ ਨਹੀਂ ਕੀਤੀ 100-150 ਬੰਦਾ ਇਕੱਠਾ ਕਰਕੇ ਸਾਡੇ ਤੇ ਅਟੈਕ ਕਰ ਦਿੱਤਾ ਗੱਲ ਸੁਣੀ ਨਹੀਂ ਸਾਡੀ ਕੋਈ ਨਾ ਹੋਰ ਕੁਝ ਹੋਇਆ ਨਹੀਂ ਵਿੱਚ ਪੁਲਿਸ ਵਾਲਾ ਨਾ ਆਉਂਦਾ ਤੇ ਸਾਨੂੰ ਉਹਨੇ ਉਦਾਂ ਮਾਰ ਦੇਣਾ ਤੁਸੀਂ ਕੀ ਮੰਗ ਰਹੇ ਹੋ ਸਾਡੀ ਕਿਸੇ ਕੋਲ ਕੋਈ ਮੰਗ ਨਹੀਂ ਹੈਗੀ ਅਸੀਂ ਕਿਉਂਕਿ ਮੰਗ ਕਰਕੇ ਜਾਂ ਤੇ ਹੋਏ ਨਾ ਕਿ ਸਾਨੂੰ ਬੜਾ ਕੁਝ ਇੱਥੇ ਸਾਡੇ ਨਾਲ ਸਾਡੇ ਸੱਟ ਲੱਗਣੀ ਸੀ ਤੇ ਅਸੀਂ ਉਦਣ ਦਾ ਇੱਥੇ ਹੋਸਪਿਟਲ ਦੇ ਵਿੱਚ ਆਪਣੇ ਐਡਮਿਟ ਹਾਂ ਤੇ ਅਸੀਂ ਉਦਣ ਦੇ ਬਿੱਲ ਪੇ ਕਰ ਰਹੇ ਹਾਂ ਤੇ ਜੇ ਇਹੋ ਚੀਜ਼ ਕਿਸੇ ਗਰੀਬ ਇਨਸਾਨ ਨਾਲ ਹੋ ਜੇ ਤੇ ਫਿਰ ਉਹ ਤੇ ਮੇਰੇ ਖਿਆਲ ਨਾਲ ਇਲਾਜ ਹੋਣੇ ਮਰ ਜਾਏਗਾ ਹਿਮਾਚਲ ਪੁਲਿਸ ਦੇ ਕੋਈ ਕਾਲ ਆਈ ਤੁਹਾਨੂੰ ਉੱਥੋਂ ਕੋਈ ਉਹਨਾਂ ਦਾ ਕੋਈ ਅਧਿਕਾਰੀ ਆ ਕੇ ਤੇ ਗੱਲਬਾਤ ਕੀਤੀ ਨਾ ਜੀ ਨਾ ਕੋਈ ਨਹੀਂ ਆਇਆ ਤੇ ਜਿਹੜਾ ਉਹਨਾਂ ਨੂੰ ਟਵੀਟ ਕੀਤਾ ਗਿਆ ਫਿਰ ਉਹਨੂੰ ਕਿੱਦਾਂ ਵੇਖ ਰਹੇ ਹੋ ਕਿਉਂਕਿ ਲੋਕ ਤੇ ਸੋਚ ਰਹੇ ਨੇ ਫਿਰ ਤੁਸੀਂ ਗਲਤ ਹੈ ਜਿਹੜਾ ਉਹਨਾਂ ਨੇ ਟਵੀਟ ਕਰ ਦਿੱਤਾ ਫਿਰ ਉੱਥੋਂ ਦੇ ਅਧਿਕਾਰੀਆਂ ਨੇ ਟਵੀਟ ਹੁਣ ਮੈਂ ਇੱਥੇ ਬੈਠਾ ਕਰ ਦਵਾਂ ਮੈਂ ਫੌਰਨ ਜਾ ਕੇ ਟਵੀਟ ਕਰ ਦਾਂਗੇ ਹਿਮਾਚਲ ਪੁਲਿਸ ਨੇ ਸਾਡੇ ਨਾਲ ਗਲਤ ਕੀਤਾ ਇਹਦਾ ਮਤਲਬ ਇਹ ਨਹੀਂ ਕਿ ਟਵੀਟ ਮੈਂ ਸਹੀ ਅਸਲ ਮੈਂ ਇਹਦੇ ਵਿੱਚ ਜਿਹੜੀ ਤਹਿ ਤੱਕ ਜਾਣਾ ਚਾਹੀਦਾ ਗੱਲ ਕਲੀਅਰ ਹੋਣੀ ਚਾਹੀਦੀ ਇੱਥੇ ਜਿਹੜੇ ਸਾਡੇ ਪੋਲੀਟੀਕਲ ਆਏ ਸੀ ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਆ ਉਹਨਾਂ ਨੂੰ ਅਸੀਂ ਸਾਰੀ ਸਿਚੁਏਸ਼ਨ ਸਮਝਾਈ ਆ ਕਿ ਭਾਈ ਇਹਨਾਂ ਬੰਦਿਆਂ ਨੇ ਸਾਡੇ ਨਾਲ ਸਿਰਫ ਤੇ ਸਿਰਫ ਪੰਜਾਬੀ ਹੋਣ ਦੇ ਉੱਤੇ ਸਾਡੇ ਨਫ਼ਰਤ ਨਾਲ ਜਿਹੜਾ ਵਾ ਸਾਡੇ ਤੇ ਅਟੈਕ ਕੀਤਾ ਆ ਕੰਗਣਾ ਨੂੰ ਲੈ ਕੇ ਹੋਇਆ ਤੁਹਾਨੂੰ ਪਤਾ ਸੀ ਕੋਈ ਬਿਲਕੁਲ ਕੰਗਣਾ ਦੇ ਨਾਂ ਲੈ ਕੇ ਰੌਲਾ ਪਾਉਂਦੇ ਜਿਹੜੇ ਉਹ ਬੰਦੇ ਸੀ ਤੇ ਸਾਨੂੰ ਤੇ ਇਹ ਬਾਰੇ ਕੋਈ ਗੱਲਬਾਤ ਦਾ ਪਤਾ ਹੀ ਨਹੀਂ ਅਸੀਂ ਤੇ ਵੈਸੇ ਹੀ ਘੁੰਮਣ ਗਏ ਜੇ ਸਾਨੂੰ ਕੋਈ ਇਹਦੇ ਬਾਰੇ ਨੌਲੇਜ ਨਹੀਂ ਤਾਂ ਅਸੀਂ ਉੱਥੇ ਜਾਂਦੇ ਕਿਉਂ ਤੁਹਾਨੂੰ ਪਤਾ ਨਹੀਂ ਬਿਲਕੁਲ ਜੀ ਉਹ ਤੇ ਗੱਲ ਵੀ ਨਹੀਂ ਕਰਨਾ ਚਾਹੁੰਦੀ ਤੇ ਨਾ ਹੀ
ਕਿਸੇ ਨਾਲ ਫੇਸ ਟੂ ਫੇਸ ਕੈਮਰੇ ਅੱਗੇ ਵੀ ਨਹੀਂ ਆਉਣਾ ਚਾਹੁੰਦੇ, ਕਿਉਂਕਿ ਇਹ ਲੋਕ ਜਿਹੜੇ ਨੇ ਇਹਨਾਂ ਚੀਜ਼ਾਂ ਦਾ ਮਤਲਬ ਦਿਲ 'ਚ ਉਹਦੇ ਬਹੁਤ ਜ਼ਿਆਦਾ ਸਹਿਮ ਗਏ। ਅਤੇ ਹੁਣ ਅਸੀਂ ਆਪਣੀ ਅੰਬੈਸੀ ਨਾਲ ਵੀ ਜਿਹੜੀ ਉਹ ਅੱਜ ਗੱਲ ਕਰਾਂਗੇ। ਪੰਜਾਬ ਰਹੂਗੀ ਜਾਂ ਆਪਣੀ ਕੰਟਰੀ ਚੱਲੂਗੀ? ਨਹੀਂ, ਅਜੇ ਫਿਲਹਾਲ ਅਸੀਂ ਪੰਜਾਬ, ਕਿਉਂਕਿ ਅਸੀਂ ਆਪਣਾ ਇੱਥੇ ਕਾਰੋਬਾਰ ਜਿਹੜਾ ਵਾ ਸਟਾਰਟ ਕੀਤਾ ਵਾ, ਅਤੇ ਅਸੀਂ ਇੱਥੇ ਰਵਾਂਗੇ, ਪਰ ਅਸੀਂ ਵਾਪਸ ਚਲ ਜਾਂਗੇ ਕਿਉਂਕਿ ਸਾਡੇ ਬੱਚੇ ਉੱਥੇ ਹੀ ਨੇ। ਤੁਸੀਂ ਇੱਕ ਪੁਲਿਸ ਵਾਲੇ ਦਾ ਜ਼ਿਕਰ ਕੀਤਾ ਜਿਹਨੇ ਤੁਹਾਨੂੰ ਉੱਥੇ ਬਚਾਇਆ ਸੀ, ਹਾਂਜੀ ਕੀ ਸੱਚਾਈ ਹੈ? ਬਿਲਕੁਲ ਜੀ, ਉਹ ਇੱਕ ਪੁਲਿਸ ਵਾਲਾ ਜਿਹੜਾ ਵਾ ਉਹਨੇ ਸਾਡੀ ਬਹੁਤ ਹੈਲਪ ਕੀਤੀ ਹੈ। ਜਿਹੜੇ ਬੰਦੇ ਨੇ ਸਾਡੀ ਹੁਣ ਹੈਲਪ ਕੀਤੀ ਹੈ, ਅਤੇ ਅਸੀਂ ਉਹਨੂੰ ਸਹੀ ਕਹਿ ਰਹੇ ਹਾਂ, ਅਸੀਂ ਉਹਨੂੰ ਕਿਉਂ ਨਹੀਂ ਗਲਤ ਕਹਿ ਰਹੇ? ਜਿਹੜੇ ਬੰਦੇ ਨੇ ਸਾਨੂੰ ਚੁੱਕ ਕੇ ਹੋਸਪਿਟਲ ਖੜਿਆ ਵਾ, ਸਾਡਾ ਸਾਡੀ ਸਾਨੂੰ ਉੱਥੋਂ ਇੰਨੇ ਬੰਦਿਆਂ ਦੇ ਚੁੰਗਲ 'ਚੋਂ ਕੱਢ ਕੇ ਸਾਨੂੰ ਭਜਾਇਆ, ਅਤੇ ਅਸੀਂ ਉਹ ਬੰਦੇ ਨੂੰ ਗਲਤ ਨਹੀਂ ਕਹਿ ਰਹੇ। ਲੱਗਦਾ ਕਿ DGP ਨੂੰ ਸੋਚਣਾ ਚਾਹੀਦਾ ਹਿਮਾਚਲ ਦੇ DGP ਨੂੰ ਉਸ ਬੰਦੇ ਨਾਲ ਹੀ ਗੱਲ ਕਰ ਲੈਣੀ ਚਾਹੀਦੀ, ਪੁਲਿਸ ਉਸ ਪੁਲਿਸ ਵਾਲੇ ਨਾਲ ਗੱਲ ਕਰ ਲੈਣੀ ਚਾਹੀਦੀ, ਅਤੇ ਉਹ ਬੰਦਾ ਖੁਦ ਹੀ ਉਹ DGP ਸਾਹਿਬ ਨੂੰ ਸੱਚ ਦੱਸ ਦੇਊਗਾ। ਬਿਲਕੁਲ, ਉੱਥੇ ਜੇ ਉੱਥੇ ਕੋਈ ਕੈਮਰੇ ਲੱਗੇ ਨੇ, ਅਤੇ ਫਿਰ ਇੱਕ ਗੱਲ ਹੋਰ, ਜਿਹੜੇ ਸਾਡੇ ਕੋਲ ਵੀਡੀਓ ਮੇਰੀ ਵਾਈਫ ਨੇ ਰਿਕਾਰਡ ਕੀਤੀਆਂ, ਅਤੇ ਉਹ ਪੁਲਿਸ ਨੇ ਡਿਲੀਟ ਕਾਹਤੋਂ ਕਰ ਦਿੱਤੀਆਂ? ਆਪਣਾ ਬੁਝਾ ਕਰਦੀ ਵੀ ਪੁਲਿਸ ਮੱਚ। ਬਿਲਕੁਲ, ਪਰ ਅਸੀਂ ਕਿਸੇ ਨਾਲ ਇਹ ਹਿਮਾਚਲ ਪੰਜਾਬ ਦਾ ਇਹ ਮੁੱਦਾ ਨਹੀਂ ਬਣਾਉਣਾ ਚਾਹੁੰਦੇ, ਐਵੇਂ ਨਿਆ ਫਿਰ ਉਹ ਗੱਲ, ਅਸੀਂ ਇਹ ਕੰਮ ਨਹੀਂ ਕਰਨਾ ਚਾਹੁੰਦੇ ਕਿ ਹਿਮਾਚਲ ਆ ਪੰਜਾਬ ਆ, ਅਸੀਂ ਸਾਨੂੰ ਬੜੇ ਸਾਲ ਹੋ ਗਏ ਨੇ ਬਾਹਰ ਰਹਿੰਦਿਆਂ ਨੂੰ, ਅਤੇ ਅਸੀਂ ਇਹੋ ਜਿਹੇ ਨਫ਼ਰਤ ਦਾ ਨਫ਼ਰਤ ਨਹੀਂ ਫੈਲਾਉਣਾ ਚਾਹੁੰਦੇ। ਅਤੇ ਜਿਹੜੇ ਵੀ ਸਾਡੇ ਹਿਮਾਚਲ 'ਚ ਲੋਕ, ਜਿਹੜੇ ਹਿਮਾਚਲ ਦੇ ਲੋਕ ਸਾਡੇ ਨਾਲ ਕੰਮ ਕਰਦੇ ਆ ਨਾ, ਕੋਈ ਬੰਦਾ ਉਹਨਾਂ ਨਾਲ ਮਿਸਬਿਹੇਵ ਨਾ ਕਰੇ, ਕਿਉਂਕਿ ਹਰ ਇੱਕ ਬੰਦਾ ਇੱਕੋ ਜਿਹਾ ਨਹੀਂ ਹੁੰਦਾ। ਰਜਿੰਦਰ ਸਿੰਘ ਮਾਹੂ, ਕਿਸਾਨ ਮੋਰਚੇ ਤੋਂ ਮਾਝਾ ਜੌਨਪੁਰ। ਅਸੀਂ ਕਿਸਾਨ ਮੋਰਚੇ ਵੱਲੋਂ, ਸੰਯੁਕਤ ਕਿਸਾਨ ਮੋਰਚੇ ਵੱਲੋਂ, ਰਾਜਿਆ ਸਾਹਿਬ ਗਰੁੱਪ ਵੱਲੋਂ, ਕਵਲਪ੍ਰੀਤ ਕੰਨੂ ਸਾਹਿਬ ਵੱਲੋਂ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਸਾਡੀਆਂ ਜਥੇਬੰਦੀਆਂ ਤੁਹਾਡੇ ਨਾਲ ਆ, 24 ਘੰਟੇ ਅਸੀਂ ਇਹਨਾਂ ਦੇ ਨਾਲ ਆ। ਅਸੀਂ ਅੱਜ ਇਹਨਾਂ ਨੂੰ ਮਿਲ ਕੇ ਚੱਲੇ ਹਾਂ, ਸਾਰਾ ਡਿਸਕਸ ਅਸੀਂ ਰਾਜਿਆਲ ਸਾਹਿਬ ਦੇ ਨਾਲ, ਪੰਨੂ ਸਾਹਿਬ ਦੇ ਨਾਲ ਕਰਾਂਗੇ, ਸਾਰਾ ਮੈਟਰ ਉਹਨਾਂ ਨੂੰ ਸਮਝਾਵਾਂਗੇ। ਜਿਹੜੀ ਵੀ ਚੀਜ਼ ਦੀ ਲੋੜ ਪੈਂਦੀ ਇਹਨਾਂ ਵੀਰਾਂ ਨੂੰ, ਸਾਡੀਆਂ ਜਥੇਬੰਦੀਆਂ ਇਹਨਾਂ ਦੇ ਨਾਲ ਖੜੀਆਂ, ਕਿਤੇ ਧਰਨਾ ਲਾਉਣਾ ਪੈਂਦਾ ਵਾ, ਕਿਤੇ ਪ੍ਰਸ਼ਾਸਨ ਦੇ ਉੱਪਰ ਕੋਈ ਵੀ ਕੰਮ ਦੀ ਲੋੜ ਆ, ਅਸੀਂ ਇਹਨਾਂ ਦੇ ਨਾਲ 24 ਘੰਟੇ ਇਹਨਾਂ ਦੇ ਨਾਲ ਖੜੇ ਹਾਂ। ਤੁਹਾਡੀ ਜਥੇਬੰਦੀ ਵੱਲੋਂ ਕੋਈ ਤਾਲਮੇਲ ਕੀਤਾ ਜਾਏਗਾ ਆਪਣੇ ਜਥੇਬੰਦੀਆਂ ਨਾਲ? ਜੀ ਬਿਲਕੁਲ, ਸਾਡੀ ਜਥੇਬੰਦੀ ਹਿਮਾਚਲ ਸਰਕਾਰ ਦੇ ਨਾਲ ਤਾਲਮੇਲ ਕਰੇਗੀ, ਹਿਮਾਚਲ ਪੁਲਿਸ ਦੇ ਨਾਲ ਤਾਲਮੇਲ ਕਰੇਗੀ, ਇਸ ਕੇਸ ਦੀ ਉਚਿਤ ਜਾਂਚ ਕਰਵਾਏਗੀ, ਚਾਹੇ ਸਾਨੂੰ ਸਟੇਟ ਤੋਂ ਬਾਹਰ ਉਹਦੀ ਜਾਂਚ ਕਰਵਾਉਣੀ ਪਵੇ, ਇਹਦੀ ਉੱਚ ਜਾਂਚ ਕਰਵਾਵਾਂਗੇ, ਉੱਚ ਪੱਧਰੀ ਜਾਂਚ ਕਰਵਾ ਕੇ, ਚਾਹੇ ਸੁਪਰੀਮ ਕੋਰਟ ਜਾਣਾ ਪਵੇ ਸਾਨੂੰ, ਚਾਹੇ ਹਾਈ ਕੋਰਟ ਜਾਣਾ ਪਵੇ, ਉੱਚ ਪੱਧਰੀ ਜਾਂਚ ਕਰਵਾ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ। ਇੱਕ ਫਾਈਨੈਂਸ਼ੀਅਲ ਖਰਚਾ ਬਹੁਤ ਹੋ ਰਿਹਾ ਇਹਨਾਂ ਦਾ, ਬਿਲਕੁਲ ਸਰਕਾਰ ਵੱਲੋਂ ਵੀ ਇਹਨਾਂ ਨੂੰ ਕੋਈ ਕਹਿਤਾ? ਉਹ ਅਸੀਂ ਨਾ ਧਾਲੀਵਾਲ ਸਾਹਿਬ ਦੇ ਨਾਲ ਗੱਲ ਕੀਤੀ ਸੀ, ਇਹਨਾਂ ਨੇ ਵੀ ਕੀਤੀ, ਵੈਸੇ ਵੀ DC ਸਾਹਿਬ ਜਿਹੜਾ ਖਰਚਾ ਵਾ ਉਹ ਸਰਕਾਰ ਵੱਲੋਂ ਹੋਏਗਾ, ਫਿਰ ਅਸੀਂ ਵੀ DC ਸਾਹਿਬ ਦੇ ਨਾਲ ਗੱਲ ਕਰਦੇ ਹਾਂ, ਧਾਲੀਵਾਲ ਸਾਹਿਬ ਨੂੰ ਮੈਸੇਜ ਦੇ ਦਿੰਦੇ, ਉਹ ਬਹੁਤ ਵਧੀਆ ਮਦਦ ਕਰ ਰਹੇ ਆ, ਉਹਨਾਂ ਨੇ ਇੱਕ 0 FIR ਵੀ ਕਰਾਈ ਆ, ਉਹਦੇ ਲਈ ਵੀ ਉਹਨਾਂ ਦਾ ਧੰਨਵਾਦ ਆ, ਅਤੇ ਅੱਗੇ ਵੀ ਸਰਕਾਰ ਜਿਹੜਾ ਫਾਈਨੈਂਸ਼ੀਅਲ ਇਹਨਾਂ ਦੀ ਹੈਲਪ ਕਰੇਗੀ, ਅਸੀਂ ਵੀ ਇਹਨਾਂ ਦੇ ਨਾਲ ਆ, ਸਰਕਾਰ ਕੋਲੋਂ ਅਸੀਂ ਹੈਲਪ ਕਰਵਾਵਾਂਗੇ। ਦੇਖੋ ਜਿਹੜਾ DGP ਸਾਹਿਬ ਦਾ ਬਿਆਨ ਆ, ਬੜਾ ਬੇਤੁਕਾ ਬਿਆਨ ਆ, ਇੱਕ ਫਿਰਕੂ ਬਿਆਨ ਆ, ਉਹਨਾਂ ਨੇ ਕੋਈ ਨੈਸ਼ਨਲ ਲੈਵਲ ਦਾ ਬਿਆਨ ਨਹੀਂ ਦਿੱਤਾ। ਅਸੀਂ ਪੰਜਾਬੀ ਹਾਂ, ਅਸੀਂ ਇੰਡੀਆ ਦਾ ਹਿੱਸਾ ਵਾਂ, ਹਿਮਾਚਲ ਸਾਡਾ ਛੋਟਾ ਭਰਾ ਵਾ, ਹਿਮਾਚਲ ਵੀ ਸਾਡਾ ਹਿੱਸਾ, ਅਸੀਂ
ਇੱਥੇ ਕੋਈ ਵੀ ਹਿਮਾਚਲ ਦਾ ਇੱਥੇ ਆਉਂਦਾ, ਇਹਨਾਂ ਦੇ ਬੜੇ ਲੋਕ ਇੱਥੇ ਬਿਜ਼ਨਸ ਕਰਦੇ, ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ, ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ, ਅਸੀਂ ਉਹਨਾਂ ਦੀ ਹੈਲਪ ਕਰਦੇ ਹਾਂ। ਔਰ ਉਹਨਾਂ ਨੇ ਸਾਡੀ ਹੈਲਪ ਕਰਨ ਦੀ ਬਜਾਏ ਸਾਡੇ ਪੰਜਾਬੀਆਂ ਨੂੰ, ਸਾਡੇ ਭਰਾਵਾਂ ਨੂੰ ਉਹਨਾਂ ਨੇ ਭੰਡਿਆ ਹੈ। ਉਹਨਾਂ ਨੂੰ ਇੱਕ ਨਿਰਪੱਖ ਗੱਲ ਕਰਨੀ ਚਾਹੀਦੀ ਸੀ, ਜਿਹੜੇ ਉਹ ਸੰਬੰਧਿਤ ਉੱਥੇ ਥਾਣੇ ਵਾਲੇ ਜਿਹੜੇ ਆਫਿਸਰ ਆ ਉਹਨਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ। ਔਰ ਜਿਹੜੇ ਉੱਥੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਕੀਤੀ ਆ, ਕੰਗਣਾ ਰਾਉਤ ਦੇ ਕਰਕੇ ਜਿਹੜਾ ਉਹਨਾਂ ਨੇ ਸਾਡੇ ਨਾਲ ਫਿਰਕੂ ਹਿੰਸਾ ਕੀਤੀ ਆ, ਸ਼ਰਾਰਤੀ ਅੰਸਰਾਂ ਦੇ ਉੱਪਰ ਕਾਰਵਾਈ ਕਰਨੀ ਚਾਹੀਦੀ ਸੀ, ਅਤੇ ਉਹਨਾਂ ਨੂੰ ਬਿਆਨ ਇਹ ਦੇਣਾ ਚਾਹੀਦਾ ਸੀ ਕਿ ਅਸੀਂ ਉਹ ਜਿਹੜੇ ਅਫਸਰ ਆ ਸਸਪੈਂਡ ਕਰਦੇ ਆ, ਅਤੇ ਜਿਹੜੇ ਜਿਨ੍ਹਾਂ ਨੇ ਕਾਂਡ ਕੀਤਾ ਉਹਨਾਂ ਦੇ ਉੱਪਰ ਕਾਰਵਾਈ ਕਰ ਰਹੇ ਹਾਂ। ਅਤੇ ਇਹ ਕਹਿਣਾ ਚਾਹੀਦਾ ਸੀ ਵੀ ਇੱਥੇ ਸੈਲਾਨੀ ਕੋਈ ਵੀ ਆਵੇ ਉਹ ਸੁਰੱਖਿਅਤ ਆ, ਪੰਜਾਬੀਆਂ ਲਈ ਵੈਲਕਮ ਆ। ਪਰ ਉਹਨਾਂ ਦੇ ਬਿਆਨ ਦੀ ਸਖ਼ਤ ਨਿੰਦਾ ਕਰਦੇ ਹਾਂ, ਸੁੱਖੂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਐਕਸ਼ਨ ਲੈ ਕੇ ਇਮੀਡੀਏਟਲੀ ਐਕਸ਼ਨ ਲੈ ਕੇ ਉਹਨਾਂ ਦੇ ਉੱਪਰ ਕਾਰਵਾਈ ਕਰਵਾਓ, ਅਤੇ ਡੀ ਜੀ ਪੀ ਦੇ ਬਿਆਨ ਦੀ ਵੀ ਨਿੰਦਾ ਕਰੋ, ਅਤੇ ਇੱਕ ਆਪਣਾ ਸਰਕਾਰ ਬਿਆਨ ਦੇਵੇ, ਖੁਦ ਸਾਨੂੰ ਦੱਸੇ ਕਿ ਉਹ ਸਾਡੇ ਨਾਲ ਆ ਕਿ ਕਿਹਦੇ ਨਾਲ ਆ, ਉਹ ਸ਼ਰਾਰਤੀ ਅੰਸਰਾਂ ਦੇ ਨਾਲ ਆ ਕਿ ਸਾਡੇ ਨਾਲ ਆ।